ਕਿਸਾਨ ਦੋਸਤੋ ਬਹੁਤ ਸਾਰੇ ਖੇਤਾਂ ਦੇ ਵਿੱਚ ਗੁਲਾਬੀ ਸੁੰਡੀ ਕਣਕ ਦੇ ਵਿੱਚ ਹਮਲਾ ਕਰ ਚੁੱਕੀ ਹੈ ਤੇ ਇਸ ਦੇ ਸਬੰਧੀ ਕਿਸਾਨ ਅਲੱਗ-ਅਲੱਗ ਸਪਰੇ ਵੀ ਕਰ ਰਹੇ ਐ ਤੇ ਸਹੀ ਤਰੀਕੇ ਦੇ ਨਾਲ ਸਪਰੇ ਨਾ ਹੋਣ ਕਰਕੇ ਇਹਦਾ ਕੰਟਰੋਲ ਵੀ ਨਹੀਂ ਹੋ ਰਿਹਾ ਆਮ ਤੌਰ ਤੇ ਕਿਸਾਨ ਨੂੰ ਇਹ ਵੱਡੀ ਸੁੰਡੀ ਦਿਖਾਈ ਦਿੰਦੀ ਹੈ ਤਾਂ ਇਹਦੇ ਬਾਰੇ ਮੈਂ ਕੁਝ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕਿ ਇਹ ਹੁਣ ਕਦੋਂ ਸੌਣ ਜਾਊਗੀ ਹਾਈਬਰ ਮਤਲਬ ਕਿ ਹੁੰਦਾ ਕਿ ਇਹ ਕਿ ਸਰਦੀ ਚ ਸੁੰਡੀ ਸੌ ਜਾਂਦੀ ਹੈ ਫਿਰ ਇਹ ਤੇ ਜਿਹੜਾ ਸਪਰੇਅ ਕਰੋਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਨੁਕਸਾਨ ਵੀ ਘਟ ਜਾਂਦਾ ਹੈ ਤੇ ਇਹ ਮੁੜ ਕੇ ਫਰਵਰੀ ਮਾਰ ਜਾ ਕੇ ਐਕਟਿਵ ਹੁੰਦੀ ਹੈ ਤੇ ਇਹਦੇ ਬਾਅਦ ਟੋਟਲ ਗੱਲ ਕਰਦੇ ਆਂ ਆਪਾਂ ਮੈਂ ਆ ਕੁਲਦੀਪ ਸਿੰਘ ਛੇੜਗਲ ਮਰਖਾਈ ਪਤੀ ਸਾਈ ਪੋਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਇਹ ਜਿਹੜੀ ਗੁਲਾਬੀ ਸੁੰਡੀ ਹੈ ਇਹ ਸੁੰਡੀ ਦੇ ਵਦਨ ਫੁੱਲਣ ਆਸਤੇ ਜਿਹੜਾ ਤਾਪਮਨ ਹੈਗਾ ਉਹ ਸਭ ਤੋਂ ਵਧੀਆ ਤਾਪਮਨ ਜਿਹੜਾ ਹੈਗਾ ਉਹ ਹੈ 30 ਤੋਂ 34 ਡਿਗਰੀ ਸੈਂਟੀਗ੍ਰੇਡ ਠੀਕ ਹੈ ਜੇਕਰ 30 ਤੋਂ 34 ਡਿਗਰੀ ਸੈਂਟੀਗ੍ਰੇਡ ਤਾਪਮਨ ਹੈਗਾ ਤਾਂ ਇਹ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਨੁਕਸਾਨ ਕਰਦੀ ਹੈ ਜਿਵੇਂ ਤੁਸੀਂ ਇਹ ਗੇਤੀ ਕਣਕ ਜਿਹੜੀ ਵੀਜੀ ਸੀਗੀ ਤਾਂ ਸ਼ੁਰੂਆਤੀ ਦੌਰ ਤੁਸੀਂ ਦੇਖੋਗੇ ਕਿਸ ਤਰੀਕੇ ਨਾਲ ਇਹ ਨੁਕਸਾਨ ਪਹੁੰਚਾਇਆ ਸੀਗਾ ਕਿਉਂਕਿ ਉਹ ਤਾਪਮਨ ਹਾਈ ਸੀਗਾ ਜਿਵੇਂ ਜਿਵੇਂ ਤਾਪਮਨ ਡਿੱਗਦਾ ਜਾਂਦਾ ਹੈ ਤਾਂ ਇਹਦੀ ਐਕਟੀਵਿਟੀ ਜਿਹੜੀ ਹੈ ਘਟਦੀ ਜਾਂਦੀ ਹੈ ਦਸੰਬਰ ਦੇ ਅਖੀਰ ਦੇ ਵਿੱਚ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਜਦੋਂ ਤਾਪਮਨ ਠੱਲੇ ਡਿੱਗ ਪੈਂਦੇ ਹੈ ਉਸ ਟਾਈਮ ਤੇ ਇਹ ਸੌਂ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸ਼ੀਤਕਾਲੀਨ ਨਿੰਦਰਾ ਇੰਗਲਿਸ਼ ਦੇ ਵਿੱਚ ਅਸੀਂ ਕਹਾਂਗੇ ਹਾਈਬਰਨੇਸ਼ਨ ਦੁਬਾਰਾ ਜਦੋਂ ਫਰਵਰੀ ਮਾਰਚ ਦੇ ਵਿੱਚ ਜਾ ਕੇ ਤਾਪਮਨ ਵਧਨੇ ਸ਼ੁਰੂ ਹੁੰਦੇ ਐ ਉਸ ਟਾਈਮ ਤੇ ਦੁਆਰਾ ਫਿਰ ਐਕਟਿਵ ਹੁੰਦੀ ਐ ਉਸ ਟਾਈਮ ਦੀ ਸਥਿਤੀ ਉਦੋਂ ਐ ਕਈ ਚੀਜ਼ਾਂ ਉਸ ਸਮੇਂ ਆਉਂਦੀਆਂ ਉਦੋਂ ਇਹਦੇ ਦੁਸ਼ਮਣ ਵੀ ਆ ਜਾਂਦੇ ਐ ਤੇ ਉਸ ਟਾਈਮ ਦੀ ਗੱਲ ਉਦੋਂ ਦੇਖਾਂਗੇ ਹੁਣ ਗੱਲ ਇਹ ਐ ਭਾਈ ਜਿਹੜੇ ਖੇਤਾਂ ਦੇ ਵਿੱਚ ਨਵਾਂ ਅਟੈਕ ਥੋੜਾ ਬਹੁਤ ਹੈਗਾ ਉਥੇ ਤਾਂ ਆਪਾਂ ਨੂੰ ਖਬਰਾਉਣ ਦੀ ਲੋੜ ਨਹੀਂ ਕਿਉਂਕਿ ਤਾਪਮਨ ਵੀ ਅੱਗੇ ਥੱਲੇ ਡਿਗ ਰਹੇ ਐ ਤੇ ਇਹ ਹੌਲੀ-ਹੌਲੀ ਕੰਟਰੋਲ ਹੋ ਜਾਊਗੀ ਦੂਜੀ ਇਹ ਕਾ ਜਿਹੜਾ ਤੇਲਾ ਜਿਹਾ ਦਿਖਾਈ ਦਿੰਦਾ ਚੇਪਾ ਹੈਗਾ ਇਹਦੇ ਤੋਂ ਕੋਈ ਖਬਰਾਂ ਦੀ ਲੋੜ ਨਹੀਂ ਇਹ ਕੋਈ ਨੁਕਸਾਨ ਨਹੀਂ ਕਰਦਾ ਠੀਕ ਹੈ ਰਹੀ ਗੱਲ ਹੈ ਸੁੰਡੀ ਦੀ ਜੇਕਰ ਕਿਸੇ ਏਰੀਏ ਦੇ ਵਿੱਚ ਤੁਹਾਨੂੰ ਇਹ ਨਜ਼ਰ ਆ ਰਿਹਾ ਹੈ ਕਿ ਨਹੀਂ ਯਾਰ ਇਹਦਾ ਹਮਲਾ ਤਾਂ ਤੇਜ਼ੀ ਨਾਲ ਵਧ ਰਿਹਾ ਸਾਡੇ ਤਾਂ ਤਾਪਮਨੀ ਬਹੁਤ ਉੱਚਾ ਚੱਲ ਰਿਹਾ ਤੇ ਇਹਦੇ ਕਰਕੇ ਇਹ ਤਾਂ ਡੇਲੀ ਗਾਂ ਦੀ ਗਾਂ ਹਮਲਾ ਨੁਕਸਾਨ ਹੁੰਦਾ ਜਾਂਦਾ ਤਾਂ ਉਹ ਇਹ ਵੀਰ ਧਿਆਨ ਦੇਣ ਕਿ ਆਪਾਂ ਕਈ ਸਾਲਾਂ ਤੋਂ ਇਹਨੂੰ ਕੰਟਰੋਲ ਕਰਨ ਦੇ ਲਈ ਕਿਉਨੋਲ ਫੋਸ 25 EC ਦਾ ਸਪਰੇਅ ਕਰ ਰਹੇ ਹਾਂ 800 ml ਪ੍ਰਤੀ ਏਕੜ ਸੀ ਇਹਨੂੰ ਵਰਤਦੇ ਹਾਂ 100 ਲੀਟਰ ਪਾਣੀ 'ਚ ਜੇ 75 ਲੀਟਰ ਲਾਉਣਾ ਹੈ ਤਾਂ ਅਸੀਂ 500 ml ਵਰਤ ਲੈਣੇ ਆ ਤਾਂ ਉਹਦੇ ਨਾਲ ਰਿਜ਼ਲਟ ਵਧੀਆ ਮਿਲ ਰਿਹਾ ਹੈ ਤੇ ਇਹਦਾ ਸੁੰਡੀ ਦਾ ਕਾਫੀ ਹੱਦ ਤੱਕ ਕੰਟਰੋਲ ਹੋ ਰਿਹਾ ਕਲਿਕ ਜਿਹੜੀ ਮੋਟੀ ਸੁੰਡੀ ਹੈ ਕਿਉਂਕਿ ਜੇ ਸੁੰਡੀ ਮੋਟੀ ਹੋ ਜਾਂਦੀ ਨਾ ਵੀਰ ਉਸ ਸਮੇਂ ਇਹ ਖਾਣਾ ਪੀਣਾ ਬੰਦ ਕਰ ਦਿੰਦੀ ਹੈ ਇਹਦੇ ਤੇ ਦਵਾਈ ਅਸਰ ਨਹੀਂ ਕਰਦੀ ਬਰੀਕ ਸੁੰਡੀ ਜਿਹੜੀ ਹੈਗੀ ਹੈ ਇੱਕ ਬੁੱਟੇ ਤੋਂ ਦੂਜਾ ਦੂਜੇ ਤੋਂ ਤੀਜੇ ਦੇ ਵਿੱਚ ਆ ਕੇ ਹਮਲਾ ਕਰਦੀ ਹੈ ਤੇ ਕੰਟਰੋਲ ਬਰੀਕ ਨੂੰ ਕਰਨਾ ਹੁੰਦਾ ਹੈ ਤੇ ਬਰੀਕ ਇਹ ਨਾ ਮਰ ਜਾਂਦੀ ਹੈ ਇਸ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਹਿਲੇ ਪਾਣੀ ਤੋਂ ਬਾਅਦ ਸਪਰੇਅ ਕਰਨ ਦੇ ਲਈ ਜਿਹੜਾ ਕੋਰਾਜਨ ਵਾਲਾ ਸਾਲਟ ਹੈ ਉਹ ਵੀ ਰეკਮੈਂਡ ਕੀਤਾ ਹੈ ਕਿ ਉਹ ਅਸੀਂ 50 ਐਮਐਲ ਪ੍ਰਤੀ ਏਕੜ ਪਹਿਲੇ ਪਾਣੀ ਤੋਂ ਬਾਅਦ ਸਪਰੇਅ ਕਰ ਸਕਦੇ ਹਾਂ ਹੁਣ ਮੇਰੇ ਖਿਆਲ ਚ ਇੱਥੇ ਉਹ ਤਾਂ ਗੱਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿ ਪਹਿਲੇ ਪਾਣੀ ਤੋਂ ਪਹਿਲਾਂ ਕਿਹੜੇ-ਕਿਹੜੇ ਸਪਰੇਅ ਕਰ ਸਕਦੇ ਆ ਕਿਉਂਕਿ ਟਾਈਮ ਜਾ ਚੁੱਕਾ ਹੈ ਹੁਣ ਤਾਂ ਪਹਿਲਾ ਪਾਣੀ ਸਭ ਜਗ੍ਹਾ ਲੱਗ ਚੁੱਕਾ ਹੈ ਜੇਕਰ ਕਿਸੇ ਜਗ੍ਹਾ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡਾ ਨੁਕਸਾਨ ਕਰੇਗੀ ਇਹਦੇ ਨਾਲ ਕੋਈ ਨੁਕਸਾਨ ਜਿਹੜਾ ਹੈਗਾ ਜ਼ਿਆਦਾ ਵੱਧ ਰਿਹਾ ਕਿਉਂਕਿ ਮੈਂ ਤਾਂ ਜਿਵੇਂ ਤੁਹਾਨੂੰ ਦੱਸ ਰਿਹਾ ਕਿ ਅਗਲੇ ਦਿਨਾਂ ਤਾਪਮਨ ਹੋਰ ਘਟੇਗਾ ਤੇ ਹੌਲੀ-ਹੌਲੀ ਹੌਲੀ-ਹੌਲੀ ਇਹਦਾ ਹਮਲਾ ਹੁਣ ਘਟਦਾ ਜਾਏਗਾ ਦਸੰਬਰ ਦੇ ਅਖੀਰ ਦੇ ਵਿੱਚ ਜਾਂ ਜਨਵਰੀ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਜਾ ਕੇ ਇਹੇ শীতਕਾਲੀਨ ਨਿੰਦਰਾ ਦੇ ਵਿੱਚ ਚਲੀ ਜਾਊਗੀ ਤਾਂ ਮੇਰੇ ਖਿਆਲ ਚ ਫਿਰ ਤੁਸੀਂ ਲਾ ਲਓਗੇ 10-12 ਦਿਨ ਦਾ ਹੋਰ ਜਿਹੜਾ ਐਕਟਿਵ ਟਾਈਮ ਰਹਿ ਗਿਆ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਖੇਤ ਜਿਹੜਾ ਨੁਕਸਾਨ ਜ਼ਿਆਦਾ ਹੋ ਰਿਹਾ ਤਾਪਨ ਉੱਚਾ ਤਾਂ ਉਸ ਸਮੇਂ ਤੁਹਾਡੇ ਕੋਲ ਦੋ ਸਪਰੇਅ ਹੈ ਪਹਿਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਰეკਮੈਂਡ ਕੀਤਾ ਹੈ ਸਲ ਕੋਰਾਜਨ ਵਾਲਾ ਸాల్ਟ 50 ਐਮਲ ਪ੍ਰਤੀ ਏਕੜ ਸਪਰੇਅ ਕਰਨਾ ਹੈ ਦੂਸਰਾ ਜੋ ਆਪਾਂ ਕਈ ਸਾਲਾਂ ਤੋਂ ਵਰਤਦੇ ਆ ਰਹੇ ਹਾਂ ਕਿਉ ਨੌਲ ਫਾਸ 25 ای ਸੀ ਏ ਜੇ ਤਾ 100 ਲੀਟਰ ਪਾਣੀ ਲਾਉਣਾ ਹੈ ਤਾਂ 800 ਐਮ ਪਾ ਲੋ ਜੇ 75 ਲੀਟਰ ਪਾਣੀ ਲਾਉਣਾ ਹੈ ਤੇ ਪੰਜ ਅੱਧਾ ਲੀਟਰ ਪਾ ਕੇ ਸਪਰੇਅ ਕਰ ਲੋ ਸਾਰੀ ਬਰੀਕ ਸੁੰਡੀ ਮਰ ਜੇਗੀ ਮੋਟੀ ਸੁੰਡੀ ਭਾਵੇਂ ਵੱਜੇਗੀ ਕਿਉਂਕਿ ਮੋਟੀ ਸੁੰਡੀ ਜਿਹੜਾ ਹੈਗਾ ਬੂਟੇ ਨੂੰ ਖਾ ਨਹੀਂ ਰਹੀ ਹੁੰਦੀ ਉਹ ਪਿਉਪਾ ਸਟੇਜ ਵੱਲ ਨੂੰ ਵਧਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਨੁਕਸਾਨ ਵੀ ਕੋਈ ਨਹੀਂ ਕਰਦੀ ਠੀਕ ਹੈ ਕਿਉਂਕਿ ਅਕਸਰ ਕੀ ਹੁੰਦਾ ਹੈ ਕਿਸਾਨ ਵੀਰ ਹਮਲਾ ਤਾਂ ਰੁਕ ਜਾਂਦਾ ਲੇਕਿਨ ਜਦ ਪੱਟਦਾ ਉਹਨੂੰ ਮੋਟੀ ਸੁੰਡੀ ਜੋਂਦੀ ਲੱਭਦੀ ਹੈ ਤੇ ਕਿਸਾਨ ਵੀਰ ਪਰੇਸ਼ਾਨ ਹੋ ਜਾਂਦੇ ਕਿ ਮੋਟੀ ਨਹੀਂ ਮਰੀ ਤੇ ਮੋਟੀ ਨੁਕਸਾਨ ਕਰੇ ਜਦੋਂ ਕਿ ਉਲਟਾ ਹੁੰਦਾ ਹੈ ਮੋਟੀ ਨੁਕਸਾਨ ਨਹੀਂ ਕਰਦੀ ਨੁਕਸਾਨ ਪਤਲੀ ਸੁੰਡੀ ਕਰਦੀ ਹੈ ਮੋਟੀ ਤਾਂ ਆਪਣਾ ਖਾ ਪੀ ਕੇ ਅਗੇ ਉਹਨੂੰ ਪਿਪਾ ਦੇ ਵਿੱਚ ਬਦਲਦੀ ਹੈ ਤੇ ਪਿਪਾ ਜੋ ਬਦਲ ਕੇ ਅਗੇ ਭਮਕੜ ਉਹਨੇ ਬੰਨਣਾ ਹੁੰਦਾ ਤਾਂ ਮੇਰੇ ਖਿਆਲ ਚ ਮੇਰੀਗਾ ਸਮਝ ਗਏ ਹੋਗੇ ਜੇ ਖੇ ਸੁੰਡੀ ਹੈਗੀ ਹੈ ਤੁਹਾਡੇ ਕੋਲੇ ਦੋ ਦਵਾਈਆਂ ਨੇ ਜਾਂ ਤਾਂ ਕੋਰਾਜਨ 50 ਵਾਲਾ ਸਾਲਟ 50 ਮੈਂ ਲੈ ਲਓ ਚਾਹੇ ਤੁਸੀਂ ਕਿਨੋਲ 45 25 ਸੀ ਜਿਹੜੀ ਹੈਗੀ ਹੈ 800 ਐਮਐਲ 100 ਲੀਟਰ ਪਾਣੀ ਪਾ ਕੇ ਸਪਰੇਅ ਕਰ ਦਿਓ ਕੰਟਰੋਲ ਹੋ ਜਾਏਗਾ ਜੇ ਮਾੜਾ ਮੋਟਾ ਨੁਕਸਾਨ ਹੈ ਤਾਂ ਅਗਲੇ ਦਿਨਾਂ ਚ ਹਮਲਾ ਵਧਣ ਦੀ ਸੰਭਾਵਨਾ ਨਹੀਂ ਹਮਲਾ ਘਟਣ ਦੀ ਸੰਭਾਵਨਾ ਹੈ ਠੀਕ ਹੈ ਜਦੋਂ ਖੇਤ ਚ ਪਾਣੀ ਲਾਉਣੇ ਆ ਉਦੋਂ ਇੱਕ ਵਾਰੀ ਹਮਲਾ ਵਧਣ ਦੀ ਸੰਭਾਵਨਾ ਹੁੰਦੀ ਹੈ ਘਟਣ ਦੀ ਨਹੀਂ ਹੁੰਦੀ ਕਿਉਂਕਿ ਨਮੀ ਦੇ ਵਿੱਚ ਹਮਲਾ ਇਹਦਾ ਵਧਦਾ ਹੈ ਇਹ ਦੇਖਿਆ ਗਿਆ ਹੈ ਮਿਹਰਬਾਨੀ ਦੋਸਤੋ ਤੁਲਵਾ ਦੋਸਤੋ ਇਹ ਜਾਣਕਾਰੀ ਬਾਕੀ ਕਿਸਾਨਾਂ ਨਾਲ ਸ਼ੇਅਰ ਕਰਨਾ ਮਿਹਰਬਾਨੀ ਜੀ